ਸਸਤਿਕਾਲ ਡੈਡੀ। ਸਖਵੀਰ ਸਿੰਘ ਸੋਹੀ ਦੀ ਅੱਖ ਬਾਜ ਵਰਗੀ ਤੇ ਨੀਤ ਟੱਲੇ ਵਾਲੇ ਸਾਧ ਵਰਗੀ। ਮੰਨਿਆ ਤੂੰ ਮੇਰਾ ਜਵਾਈ ਆ, ਪਰ ਇਹਦਾ ਮਤਲਬ ਇਹ ਨਹੀਂ ਜਿਹੜੇ ਵੇਲੇ ਮਰਜ਼ੀ ਘੰਟੀਆਂ ਖੜਕਾ ਕੇ ਅੰਦਰ ਆਜਵੇਂ। ਤੈਨੂੰ ਸਵੇਰੇ ਚਾਬੀ ਦਿੱਤੀ ਸੀ? ਦਿੱਤੀ ਸੀ। ਮੁੱਕ ਗਈ? ਚਾਬੀ ਨਾਲ ਹੀ ਦਰਵਾਜ਼ਾ ਖੋਲ ਸਕਦਾ ਸੀ? ਘੰਟੀ ਮਾਰਨ ਨਾਲ ਕੋਈ ਨੁਕਸਾਨ ਹੋ ਗਿਆ ਡੈਡੀ ਜੀ? ਕਹਿੰਦਾ ਕੋਈ ਨੁਕਸਾਨ ਹੋ ਗਿਆ? ਬਿਜਲੀ ਦਾ ਬਿੱਲ ਨਹੀਂ ਵਧਿਆ? ਨਾਲੇ ਚਾਬੀ ਮੈਂ ਤੈਨੂੰ ਕੰਨ ਖੁਰਕਣ ਨੂੰ ਦਿੱਤੀ ਆ ਤੇ ਸਾੜੀ ਕਿ ਟਾਂਕੇ ਘੁੰਮਣ ਨੂੰ ਦਿੱਤੀ ਆ। ਮੁੱਲਾਂ ਦੀ ਦੌੜ ਮਸੀਤ ਤੱਕ, ਘਰੋਂ ਦਫ਼ਤਰ, ਦਫ਼ਤਰੋਂ ਘਰੇ। ਰਾਤ ਕੋਈ ਸਬਜ਼ੀ ਮੰਡੀ ਨਹੀਂ ਪੈਂਦੀ ਸੀ ਵੀ ਆਉਂਦਾ ਹੈ ਬੰਦਾ ਸਬਜ਼ੀ ਭਾਜੀ ਫੜ ਲਿਆਵੇ। ਚੱਲ ਸਬਜ਼ੀ ਭਾਜੀ ਨੂੰ ਮਾਰ ਗੋਲੀ। ਤੈਨੂੰ ਪਤਾ ਮੈਂ ਹਾਰਰ ਫਿਲਮਾਂ ਦੇਖਣ ਦਾ ਸ਼ੌਕੀਨ ਆ। ਤੈਨੂੰ ਡੀਵੀਡੀ ਲਿਆਉਣ ਨੂੰ ਕਿਹਾ ਸੀ ਲਿਆਂਦੀ ਆ? ਸੌਰੀ ਡੈਡੀ। ਕਿਹੜੀ ਕਿਹੜੀ ਗੱਲ ਦੀ ਮਾਫੀ ਦਵਾਂ ਮੈਂ? ਕਾਫੀ ਟਾਈਮ। ਅੱਜ ਫੇਰ ਉਹੀ ਕਾਫੀ? ਤੈਨੂੰ ਪਤਾ ਤਾਂ ਹੈ ਸਿਮਰਤ, ਮੈਂ ਬਲੈਕ ਕਾਫੀ ਪੀਂਦਾ। ਕੀ ਗੱਲ, ਦੁੱਧ ਵਾਲੇ ਨਾਲ ਪਿੱਤ ਨਿਕਲਦੀ ਆ? ਅੱਜ ਕੱਲ ਤੇਰੇ ਤੇ ਸਾੜ ਸਤੀ ਚੱਲਦੀ ਆ ਵੀ ਤੈਨੂੰ ਹਰੇਕ ਚੀਜ਼ ਕਾਲੀ ਚਾਹੀਦੀ ਆ। ਕਾਲੀ ਪੈਂਟ, ਕਾਲੀ ਕਾਫੀ, ਕਾਲੀ ਸੋਚ, ਕਾਲੀ ਦਾੜੀ। ਡੈਡੀ ਜੀ, ਤੁਸੀਂ ਅਰਜਨ ਨਾਲ ਕਿੰਨਾ ਮਜ਼ਾਕ ਕਰਦੇ ਹੋ। ਬੇਟੇ ਮੇਰੇ ਕੋਈ ਸਾਲੀ ਨਹੀਂ ਨਾ, ਇਸ ਕਰਕੇ ਮੈਂ ਅਰਜਨ ਨਾਲ ਮਜ਼ਾਕ ਕਰਦਾ। ਅਰਜਨ, ਮੈਂ ਡੈਡੀ ਲਈ ਕਾਫੀ ਬਣਾਈ ਸੀ 2 ਮਿੰਟ ਪਹਿਲਾਂ, ਫਿਰ ਤੁਹਾਡੇ ਲਈ ਵੀ ਬਣਾ ਲਈ। ਪਲੀਜ਼ ਪੀ ਲਓ ਨਾ, ਨਹੀਂ ਤੇ ਡੋਲਣੀ ਪਵੇਗੀ। ਪੀ ਲਾ ਪੀ ਲਾ, ਦਾਨ ਦੀ ਗਊ ਦੇ ਦੰਦ ਨਹੀਂ ਵੇਖੀ ਦੇ। ਇੱਕ ਤਾਂ ਇਸ ਪਰਮਾਨੈਂਟ ਪ੍ਰਾਹੁਣੇ ਨੇ ਦੁਖੀ ਕਰਕੇ ਰੱਖ ਲਿਆ। ਅਸ਼ਕੇ, ਨਾ ਜਦ ਤੇਰੇ ਕੋਲ ਆਪਣੀ ਚਾਬੀ ਹੈਗੀ ਆ, ਮੈਨੂੰ ਉੱਠਣ ਨੂੰ ਜ਼ਰੂਰ ਤਕਲੀਫ ਦੇਣੀ ਸੀ? ਉਹ ਤਾਂ ਮੈਂ ਤਾਂ ਸੋਚਿਆ ਕਿ ਕੀ ਸੋਚਿਆ ਤੂੰ? ਸੋਚਣ ਨੂੰ ਤੂੰ ਸਾਇੰਟਿਸਟ? ਦੇਖ ਹੁਣ ਕੌਣ ਆਇਆ। ਮੈਂ ਸੋਚਿਆ ਯੂਅਰ ਕੋਰੀਅਰ ਸਰ, ਪਲੀਜ਼ ਸਾਈਨ, ਥੈਂਕ ਯੂ। अपना सांझा ईमेल आईडी चेक करो, अर्जेंट। हुण टिड्डियां नूं वी न्योते आउण लग पए। कित्थों आया कोरियर? ओ, इह तां मेरा ऑफिशियल है। ऑफिशियल नूं बाबा ने वाइट हाउस बुलाया? मैं जावां वाइट हाउस? मेरा मतलब मैं चलां। चलण नूं तूं नारा है? ਇਹ ਆਪਣੇ ਬੈਡਰੂਮ 'ਚ ਜਾਣ ਦੀ ਬਜਾਏ ਅੱਜ ਭਮੱਤਰ ਕੇ ਮੇਰੇ ਬੈਡਰੂਮ 'ਚ ਕਿਉਂ ਜਾ ਰਿਹਾ? ਇਹਦਾ ਮਤਲਬ ਜ਼ਰੂਰ ਆ ਕੁਛ ਕੋਰੀਅਰ। ਓਏ, ਕੀ ਸਿਆਪਾ ਖੜਾ ਕਰਤਾ ਤੁਸੀਂ? ਬਾਪਾ ਜੀ, ਪਾਪਾ, ਪਾਪਾ ਜੀ। ਅੰਕਲ, 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 I'm really sorry, ਮੈਨੂੰ ਨਹੀਂ ਪਤਾ ਸੀ ਤੁਹਾਡੇ ਪਾਪਾ ਨੇ। ਹੱਥ ਛੱਡ। ਪਾਪਾ ਜੀ ਨੇ ਦਿੱਤੀ ਸੀ ਇਹ ਮੂਰਤੀ, ਰਘੂ ਤੋਂ ਲੈ ਕੇ ਆਏ ਸੀ ਇਹ ਮੂਰਤੀ। ਅੰਨਾ ਜਿਹੜੀ ਤੋੜਦੀ ਹੈ ਮੂਰਤੀ, ਐਡੀ ਕੀਮਤੀ ਸੀ ਇਹ ਮੂਰਤੀ। ਫਿਕਰ ਨਾ ਕਰੋ, ਅਸੀਂ ਪੈਸੇ ਦੇ ਦੇਵਾਂਗੇ ਜਿੰਨਾ ਵੀ। ਕਿੱਡਾ ਕਮੀਰ ਹੈ ਤੂੰ ਪੈਸੇ ਦੇਣ ਨੂੰ? ਬੋਲ, ਕਿੱਡਾ ਕਮੀਰ ਹੈ? ਹਾਂ, ਇੱਕ ਮਿੰਟ ਸੁਰ ਥੱਲੇ ਰੱਖ ਕੇ ਗੱਲ ਕਰ। ਕਿੱਡਾ ਕਮੀਰ ਹੈ ਤੂੰ? ਹੈਂ, ਲੱਗਿਆ ਸਾਡੇ ਮੁੰਡੇ ਨੂੰ ਘੂਰਨ। ਸਾਡਾ ਮੁੰਡਾ? ਓਏ, ਤੁਸੀਂ ਕੌਣ? ਮੈਂ ਖਾਮ ਖਾ, ਤੂੰ ਵਿੱਚੋਂ ਬੜੇਵੇਂ ਲੈਣੇ? ਅੰਕਲ ਜੀ, ਅੰਕਲ ਜੀ, ਤੁਸੀਂ ਸਾਨੂੰ ਏਅਰਪੋਰਟ ਤੋਂ ਛੱਡ ਕੇ ਕਿੱਥੇ ਚਲੇ ਗਏ ਸੀ? ਮੈਂ ਬੇਟੇ ਟੱਠੇ ਖੂਹ 'ਚ ਚਲਾ ਗਿਆ ਸੀ। ਮੈਨੂੰ ਥਾਈਲੈਂਡ ਆਏ ਨੂੰ 30 ਸਾਲ ਹੋ ਗਏ। ਇਹ ਟੱਠਾ ਖੂਹ ਕਿੱਥੇ ਹੈ? ਧੌਲੇ ਕੂਏ ਕੋਲ ਆ। ਇਹ ਧੌਲਾ ਕੂਆਂ ਕਿੱਥੇ ਹੈ? ਦੋਨੇ ਕੋਲ ਕੋਲ ਆ। ਅੱਛਾ, ਹਾਂ। ਨਾ ਤੂੰ ਕਿੱਥੇ ਲੁਕਿਆ ਫਿਰਦਾ ਹੋਏ? ਨਹੀਂ ਡੈਡੀ ਜੀ, ਬਸ ਉਹ ਤੂੰ ਕੀ ਸੋਚਿਆ ਸੀ ਮੈਂ ਏਅਰਪੋਰਟ ਤੋਂ ਧੱਕੇ ਧੁੱਕੇ ਖਾ ਕੇ ਵਾਪਸ ਇੰਡੀਆ ਚਲ ਜਾਊਗਾ? ਸੋਹੀ ਦੀ ਅੱਖ ਬਾਜ ਵਰਗੀ ਤੇ ਨੀਤ ਟੱਲੇ ਵਾਲੇ ਸਾਧ ਵਰਗੀ। ਨਾਲੇ ਇੱਕ ਗੱਲ ਨਾ ਭੁੱਲ, ਮੇਰੀਆਂ ਨਾਸਾਂ ਕੀੜੀ ਵਰਗੀਆਂ 100 ਮੀਲ ਤੋਂ ਪੈੜ ਕੱਢ ਲੈਂਦੀਆਂ। ਡੈਡੀ ਜੀ, ਮੈਂ ਏਅਰਪੋਰਟ ਤੋਂ ਗਿੱਲ। ਤੂੰ ਬਾਅਦ ਵਿੱਚ ਜਸਟੀਫਿਕੇਸ਼ਨ ਦੇ ਦੀ। ਪਹਿਲਾਂ ਆਪਾਂ ਗਿੱਲ ਨੂੰ ਸਾਂਭ ਲਈਏ, ਉਹਨੂੰ ਉਲਟੀ ਆ ਰਹੀ ਹੈ। ਹਾਂ, ਉਲਟੀ ਆ ਰਹੀ ਹੈ, ਉਲਟੀ ਆ ਰਹੀ ਹੈ। ਉਲਟੀ ਆਉਣ ਨੂੰ ਮੇਰਾ ਪੈਰ ਭਾਰੀ ਆ। ਓ ਯਾਰ, ਤੈਨੂੰ ਆ ਰਹੀ ਹੈ? ਆ ਰਹੀ ਹੈ, ਆ ਰਹੀ ਹੈ। ਓਏ ਪਾਪਾ ਜੀ, ਤੇ ਨਾ ਉਲਟੀ ਕਰਦੀ ਇਹਨੂੰ। ਤੈਨੂੰ ਨਹੀਂ ਆ ਰਹੀ ਉਲਟੀ? ਮੈਨੂੰ ਗਿੱਲ ਤੇ ਉਲਟੀ ਆ ਰਹੀ ਹੈ ਯਾਰ। ਅੱਛਾ, ਗਿੱਲ, ਇਹ ਉਹ ਗਿੱਲ ਆ ਜਿਹਨੂੰ ਕਹਿੰਦੇ ਸੀ ਕ੍ਰਿਟੀਕਲ ਇਲ। ਇਹ ਤਾਂ ਸਾਲਾ ਝੋਟੇ ਵਰਗਾ ਪਿਆ। ਕਿਹੜੀ ਬਿਮਾਰੀ ਆ ਇਹਨੂੰ? ਦਿਲ ਚ ਮੋਰੀ ਹੈ? ਨਹੀਂ 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 ਨਹੀਂ, ਸੋਹੀ ਅੰਕਲ, ਇਹਦਾ ਮਤਲਬ ਇਹਨੂੰ ਕੈਂਸਰ ਦੇ ਨਾਲ ਨਾਲ ਦਿਲ ਚ ਮੋਰੀ ਵੀ ਹੈ। ਮੈਨੂੰ ਨਾ ਸਾਹ ਨਹੀਂ ਆਦਾ ਜਦੋਂ ਤੱਕ ਇਹਦੀ ਛਾਤੀ ਤੇ ਮੁੱਕੀਆਂ ਨਾ ਪੈਣ। ਹਾਂਜੀ ਹਾਂਜੀ ਹਾਂਜੀ, ਵੇਖਿਓ ਉਹਦੇ ਫੇਫੜੇ ਕਿ ਦੋ ਸਾਰੇ ਸਾਲੇ ਉਹੀ ਨਾ ਮੋਰੀ ਰਾਹੀਂ ਬਾਹਰ ਕੱਢ ਦਿਓ ਕਿਤੇ। ਨੋਟ
टक्कर चुप करके मर गया। ओ मर गया, ओ मर गया, ओए उठ यार, गिल यार गिर गया। ये तो सच्ची बीमार लगता मेनू वेख के बिंगे बिंगे मुंह बना रही है। भावे सारा स्टाफ छुट्टी से चल जाए पर तेरे को मालिश नहीं करानी मैं। जिदे करके तुसी इत्थे आंदे हो ना मसाज तो तुहानू उहने तो भी नहीं मिलनी। मैडम इज नॉट हियर। मैडम इज नॉट हियर? नो। ओह माय गॉड। हेलो मिस्टर सिंह। ए ओदा पूता। हाय मिस्टर सिंह, बड़ा हाय हाय कर दियो। आज फिर मोड़ डाड़ गया? नहीं, गोड़ा अड़ गया। उम्र दा तकाजा है। तैनू बड़े हासे चढ़े, उम्र दा तकाजा है। अजे ते मेरी चढ़दी उम्र है। ओ ता जिम च मैं कल ट्रेडमिल ते चढ़ गया ते भजदे दा मेरा गोड़ा लॉक हो गया ते मैं सोचिया हरजिंदर को मालिशी कराया होने। एक्चुअली हुन ते किसी होर दी अपॉइंटमेंट सी। जे 5 मिनट होर नहीं आए ना तो मैं आप थोड़े गोड़े दी मसाज कर देंगी। अदरवाइज तुहानू थोड़ा इंतजार करना पेगा। हरजिंदर दा इंतजार ते सखवीर सिंह सोही सारी जिंदगी कर सकदा। वेलकम सर। हाय हरजिंदर। हेलो सर। ए कित्थों आ गया इंडियन सूमो? ए नैश, एथे भी मथे लग गया। ए भाई साहब, ए पार्लर है, कोई वर्कशॉप नहीं। किथे गुवारे च हवा भराउण आ गया? शट अप नॉनसेंस। यू शट अप। मैं ते फुल बॉडी मसाज करवाउण आया। फुल बॉडी मसाज? मैडम तुसी अपना पार्लर फेल करवाउणा? ओए मोर दा भी 500 ते डायनासोर दा भी 500। बकवास बंद कर, मैं तेरे वर्गे गरीब दे मुंह नहीं लगना चाहुंदा। मैनू गरीब आदमी दसदा, मैं साले तेरा गुर्दा मंग लिया। शट अप। यू शट अप। मैडम चलो मेरी मसाज करो। किवें करेगी तेरी मसाज? अपॉइंटमेंट पहला मैं लई हुई है। मैं ठेका लिया तेरी अपॉइंटमेंट दा। अरजिंदर। मिस्टर सिंह, अपॉइंटमेंट तो इना दी है। तुसी आओ मेरे नाल। प्लीज कम, करो इंतजार जिंदगी भर। कर दी की है जापानी कुकड़ी मुक्की मार के अंडा फेदू। ओ मैनेजरा, मैनेजरा। हां जी, की गल होगी जी? हां जी, ते बच्चिया तेनु शर्म नहीं आती मेरे चीटिंग करदे नु? तू ता कहना सी साडे होटल विच तुहाडे वास्ते हरेक चीज दा अरेंजमेंट आ, सवा अरेंजमेंट, बाथरूम च खचावा तक ता है नहीं। सर झावे नाल तुसी की रगड़ने? ओ कई बार बंदे ने रगड़ रगड़ के जन्मा जन्मा दी मैल लाउणी हुंदी है। रख्या करो वी चावा। जे चावा नहीं ना है थोड़े कोल ਤਾਂ ਬਾਥਰੂਮ ਚਾਹੀਦੀ ਸ਼ਾਇਦ ਜ਼ਰੂਰ ਬਿਠਾ ਲਿਆ ਕਰੋ। ਝਾਵੇਂ ਵਰਗੀ ਤਾਂ ਤੇਰੀ ਸ਼ਕਲ ਆ ਉਹ, ਮੈਂ ਤੈਨੂੰ ਬੜੇ ਹਾਸੇ ਚੜੇ ਸੀ, ਮੈਂ ਕੋਈ ਚੁਟਕਲਾ ਸੁਣਾਇਆ ਸੀ? ਓ ਭਾਈ ਸਾਹਿਬ, ਮੈਨੂੰ ਬੜਾ ਚੱਕਿਓ, ਆ ਚੱਕੋ ਭਾਈ ਸਾਹਿਬ। ਤੈਨੂੰ ਤਾਂ ਹੁਣ ਰੱਬ ਹੀ ਚੱਕੋ। ਵੈਸੇ ਭਾਈ ਸਾਹਿਬ, ਪੈ ਕੇ ਤੁਹਾਨੂੰ ਇੰਨਾ ਆਰਾਮ ਨਹੀਂ ਪੁੱਜਦਾ ਹੋਣਾ ਜਿੰਨੀ ਤਕਲੀਫ ਤੁਹਾਨੂੰ ਉੱਠਣ ਵੇਲੇ ਹੁੰਦੀ ਹੋਣੀ। ਤਕਲੀਫ ਤਾਂ ਮੈਨੂੰ ਹੋਰ ਬੜੇ ਕੰਮਾਂ 'ਚ ਹੁੰਦੀ ਆ ਜਿਹੜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਕਿਉਂ? ਮੇਰਾ ਭਾਰ ਬਹੁਤ ਹੈ ਨਾ। ਪੁੱਤ, ਇਹ ਸੱਚੀ ਗੱਲ ਹੈ ਕਿ ਤੂੰ ਨਹੀਂ ਉੱਠ ਸਕਦਾ? ਦੇਖੀ ਬਾਅਦ 'ਚ ਚੀਟ ਨਾ ਕਰੀ। ਨਹੀਂ ਨਹੀਂ ਨਹੀਂ, ਫਿਰ ਹੱਥ ਫੜਾ। ਹੱਥ ਆ ਲਓ। ਓ ਮਾਈ ਗੋਡ। ਓ ਹੋ, ਇੱਕ ਮਿੰਟ। ਓ ਟਿਕ ਜਾ, ਟਿਕ ਜਾ, ਟਿਕ ਜਾ। तेरा पार होला कर रहा है। ओ भाई साहब, बेटा मेरा तेरा पार। ओ रुक जाओ, ओ रुक जाओ। ਰਾਣੀ ਅੱਜ ਬਿੱਲ ਨੱਚਣਾ ਤੇਰੇ ਨਾਂ ਤੇ ਬੋਲੀਆਂ ਪਾ ਕੇ। ਮਿੱਤਰਾਂ ਨੀ ਅੱਜ ਬਿੱਲ। ਮੈਨੇਜਰ। ਹਾਂਜੀ। ਐਂ ਦੱਸ, ਇੱਥੇ ਕੋਈ ਉਸ ਤਰ੍ਹਾਂ ਦੀ ਬਾਰ ਹੈ? ਉਸਤਰੇ ਵਾਲੀ? ਓਏ ਸ਼ੇਵ ਕਰਨ ਵਾਲੀ ਨਹੀਂ, ਉਸ ਤਰ੍ਹਾਂ ਦੀ। ਕਿਸ ਤਰ੍ਹਾਂ ਦੀ ਸਰ? ਪਾਠ ਪੂਜਾ ਕਰਨ ਵਾਲੀ। ਮੇਰਾ ਮਤਲਬ ਕੋਈ ਤੜਕ ਭੜਕ ਵਾਲੀ ਬਾਰ ਹੈ? ਮਾਫ ਕਰਨਾ, ਇਸ ਉਮਰੇ ਤੜਕੇ ਤੁਹਾਨੂੰ ਬਹੁਤੇ ਸੂਟ ਨਹੀਂ ਕਰਨਗੇ। ਕੀ ਗੱਲ? ਇਸ ਉਮਰੇ ਮੇਰੇ ਗੋਡਿਆਂ 'ਚ ਪਾਣੀ ਪੈ ਗਿਆ ਜਾਂ ਮੇਰੇ ਹੱਥ ਪੈਰ ਸੌਂਦੇ ਆ? ਓਲਡ ਸਕੂਲ। ਤੈਨੂੰ ਇਸ ਉਮਰੇ ਵੀ ਅੱਗ ਲੱਗੀ ਹੋਈ ਹੈ? ਸਰ, ਅੱਗ ਤਾਂ ਅਖੀਰਲੀ ਉਮਰੇ ਹੀ ਲੱਗਦੀ ਹੁੰਦੀ ਹੈ। ਮੈਨੂੰ ਤਾਂ ਲੱਗੀ ਨਹੀਂ। ਤੁਹਾਨੂੰ ਤਾਂ ਲੱਗਣ ਵੇਲੇ ਵੀ ਨਹੀਂ ਲੱਗੀ। ਹਾਂ, ਇਹੋ ਜਿਹਾ ਕਿਹੜਾ ਗੱਡਾ ਖੜਾ ਸੀ ਫਤਿਹ ਦਾ ਜਿਹਦੇ ਕਰਕੇ ਉਹਨੂੰ ਇਹੋ ਜਿਹੇ ਨਮੂਨੇ ਨਾਲ ਫੇਰੇ ਲੈਣੇ ਪਏ? ਸਾਰੀ ਉਮਰ ਅੱਖਾਂ 'ਚ ਘਸਾਉਣ ਦੇ ਰਹੋ, ਕਿੱਥੇ ਚਲੀ ਗਈ? ਭਾਈ ਸਾਹਿਬ ਇੱਕ ਮਿੰਟ, ਕਿਉਂ ਕੀ ਖਿਆਲ ਹੈ ਤੁਹਾਡਾ? ਸੱਚ ਕਿਹਾ ਨਾ ਸਿਆਣਿਆਂ ਨੇ ਕਿ ਜੋੜੀਆਂ ਜਗ ਥੋੜੀਆਂ ਤੇ ਨਰੜ ਬਥੇਰੇ। ਹੁਣ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ, ਤੁਹਾਨੂੰ ਇਹਦੇ 'ਚ ਕੋਈ ਜੋੜੀ ਵਾਲੀ ਗੱਲ ਲੱਗਦੀ ਹੈ? ਕਿਉਂ, ਜੋੜੇ ਨੂੰ ਗ੍ਰਹਿਣ ਲੱਗਿਆ ਹੋਇਆ ਕੀ ਕਮੀ ਹੈ? ਬਸ ਮਾੜੀ ਜੀ, ਕੁੜੀ ਸਿੰਪਲ ਹੈ ਬਸ।
अखा च मोतिया उतरिया सुखवीर सिंह सोही की अख बाज वर्गी ते नीत टल्ले वाले साध वर्गी मैनू कहना की नुकसा कुड़ी च और नुकसी नुकसा दस नंबर की कुड़ी से ऐनक लगी है दंद कुड़ी का खुपचू खुपचू कत कुड़ी का गुटकू गुटकू काले रंग की कलोटी ने जमीन का लालच दे के दही के फुट वर्गा मुंडा फसा लिया मैनू तो हैरान गया कुड़ी के घरद्या के हौसले से जिन्होंने यह जहाँ डिफेक्टेड पीस मार्केट च उतारिया इधर फड़ा ओए ओए गोलगप्पे खाने का शौक है तो प्लेट अपनी चक लग्या मेरी प्लेट च हाथ पला मार अपनी प्लेट तो अज तक मैं कदे घर वाली नु नहीं खाया ओ तेरी प्लेट तो खांदा कौन है तेरे हाथ दिता तो मैं कच्चा बेर ना खावा शर्म नहीं आती जेड़ी थाली च खाना है उसे चेक करी जाना है मेरी जिंदगी दे राहु केतु कितों कट्ठे हो गए बकवास करो तो पहला सोच तो लेंदा कि जेड़ी कुड़ी तू निंदा करी जाना है वो मेरी भतीजी आ भतीजी भतीजी जो भतीजिया मैं एक ही तोपा की सलामी देव भतीजी ना होगी कटरीना ही होगी साड़ी कुड़ी कटरीना नहीं हैगी थोड़ा मुंडा कड़ा साला सलमान खान है की गल होगी जी गल की होनी है अब बिना बुलाया जनौर जी आ गया मैनू जनौर दसदा तू क्यों गेंडे जी तू मैनू गेंडा क्या आहो ना तू मेरे नक ते हड्डी देख ली सर क्यों गुस्सा करी जांदे हो जी यार गुस्सा करा ना साड़ी कुड़ी दी निंदा करी जांदा अच्छा कल देखे मुंडे दी जिदा बस स्टैंड ते मुंडा वेचण वाला हुंदा है इह तां मैं दिल्ली गया होया सी ਤਾਂ ਪਿਛੋ ਪਨਾ ਵਰਤ ਗਿਆ ਜੇ ਮੈਂ ਉਰੇ ਹੁੰਦਾ ਨਾ ਫੇਰ ਦੇਖਦਾ ਮਲੰਗ ਨਾਲ ਕਿੱਦਾਂ ਰਿਸ਼ਤਾ ਹੁੰਦਾ ਹੁਣ ਰਿਸ਼ਤਾ ਤੋੜਨਾ ਜਿਹੜਾ ਤੋੜਨਾ ਅਜੇ ਵੀ ਡੁੱਲੇ ਬੇਰਾਂ ਦਾ ਕੀ ਵਿਗੜਿਆ ਮਸਾ 15 ਲੱਡੂ ਲੱਗੇ ਹੋਣੇ ਸ਼ਗਨਾਂ ਦੇ 15 ਲੱਡੂ ਜਿਹੜੇ 100 ਗੋਲਗੱਪੇ ਤੁਣ ਤੁਣ ਕੇ ਖਾ ਗਿਆ ਓ ਮਾੜੀ ਨੀਤਾ ਲੈ ਤੂੰ ਮੇਰੇ ਗੋਲਗੱਪੇ ਤਾਂ ਗਿਣੀ ਗਿਆ ਸਿਮਰਨ ਸਿਮਰਨ ਡੈਡੀ ਜੀ ਜਲਦੀ ਆ ਕੀ ਹੋਇਆ ਬਸ ਮੈਂ ਇਹੋ ਜਿਹੇ ਘਟਿਆ ਬੰਦੇ ਦੇ ਫੰਕਸ਼ਨ ਤੇ 1 ਮਿੰਟ ਵੀ ਨਹੀਂ ਠਹਿਰ ਸਕਦਾ ਚੱਲ ਤੋਰ ਇੱਥੋਂ ਓ ਠਹਿਰ ਜਾ ਜਿਹੜਾ 1000 ਰੁਪਏ ਦਾ ਰਾਸ਼ਨ ਖਾਦਾ ਓ ਸ਼ਗਨ ਕੌਣ ਪਾਊਗਾ ਤੇਰਾ ਪਿਓ ਸ਼ਗਨ ਪਾਵਾਂਗੇ ਅਸੀਂ ਮੁੰਡੇ ਵਾਲਿਆਂ ਨੂੰ ਕੁੜੀ ਵਾਲਿਆਂ ਦੀ ਅਸੀਂ ਮਕਾਨ ਨਹੀਂ ਜਾਂਦੇ ਡੈਡੀ ਜੀ ਕੀ ਬੋਲੀ ਜਾਂਦੇ ਹੋ ਮੇਰੇ ਬੌਸ ਨੇ ਹੈ ਤੇਰੇ ਬੌਸ ਆ ਇਹ ਆ ਚਬਲ ਜਾ ਤੇਰਾ ਸਹੁਰਾ ਜੇ ਇਹ ਤੇਰਾ ਘਟਿਆ ਜਿਹਾ ਬੌਸ ਆ ਨਾ ਇਹਦੇ ਕੋਲ ਨੌਕਰੀ ਕਰਨ ਦੀ ਬਜਾਏ ਜਿਹੜਾ ਲੋਕਾਂ ਦੇ ਗੋਲ ਗੱਪੇ ਤੱਕ ਗਿਣਦਾ ਸਾਲਾ ਤੂੰ ਰਿਕਸ਼ਾ ਚਲਾ ਲਾ ਉਹ 100 ਦਰਜੇ ਬਿਹਤਰ ਆ ਠੀਕ ਹੈ ਫਿਰ ਅੱਜ ਤੋਂ रिक्शा ही चलाऊगा हाँ, अपने रिक्शा दे चाहे 100 कुत्ता मिला ढोली पर साला अप्पू नहीं उत्ते बैठना चाहिदा शट अप शट अप चल कुड़िए सॉरी अंकल जी डैडी जी के बिहाफ विच मैं सॉरी बोल दिया ओ तो चल हाँ। मेरी कुड़ी तो माफिया मंगाउंदा सरो मैं माफी मांगदा आई एम सॉरी यू टू शट अप गेट आउट